ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਹੈ ਉਹਨਾਂ ਨਾਲ ਸ਼ੀਤਲ ਅੰਗਰਾਲ ਉਹਨਾਂ ਦੀ ਬਹਿਸ ਹੋਈ ਹੈ ਸਰ, ਕੀ ਹੋ ਗਿਆ, ਇੰਨਾ ਗਰਮ ਗਰਮੀ ਹੋ ਗਈ? ਕੁੰਭਕਰਨ ਦੀ ਨੀਂਦ ਸੁੱਟੀ ਜਿਹੜੀ ਸਰਕਾਰ ਸੀ, ਅੱਜ ਉਹਨੇ ਆਪਣੀ ਜਿਹੜੀ ਤਾਕਤ ਦੱਸ ਦਿੱਤੀ ਹੈ, ਉਹਨਾਂ ਦੀ ਕੀ ਵੈਲਿਊ ਸੀ, ਕੀ ਉਹਨਾਂ ਦੇ ਪਿੱਛੇ ਹੱਥ ਸੀ, ਕੀ ਆਪ ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਲਈ, ਭਗਵੰਤ ਮਾਨ ਨੂੰ ਖੁਸ਼ ਕਰਨ ਦੇ ਲਈ ਜਿਹੜੇ ਭਾਰਤੀ ਜਨਤਾ ਪਾਰਟੀ ਝੰਡੇ ਲੱਗੇ ਆ, ਜਿਹੜੇ ਪੋਸਟਰ ਬੈਨਰ ਲੱਗੇ ਆ, ਜਿਹਨਾਂ ਦੀ ਪਰਮਿਸ਼ਨ ਹੈ ਆਪਣੇ ਕੋਲ, ਮੇਰੇ ਕਾਰਜਕਰਤਾ ਘਰਾਂ 'ਚੋਂ ਉਤਾਰੇ ਜਾ ਰਹੇ ਆ, ਜ਼ਬਰਦਸਤੀ ਡਰਾਇਆ ਜਾ ਰਿਹਾ, ਪਰ ਸਿਰਫ ਤੋਂ ਸਿਰਫ ਭਾਰਤੀ ਜਨਤਾ ਪਾਰਟੀ ਨੇ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਪੂਰੇ ਚੌਂਕ ਦੇ ਵਿੱਚ ਵੋਟ ਲੱਗੇ ਆ, ਸਾਹਮਣੇ ਕਾਰਪੋਰੇਸ਼ਨ ਦਾ ਆਫਿਸ ਹੈ, ਇੱਥੇ ਸੁੱਤੇ ਕਮਿਸ਼ਨਰ ਨੂੰ ਯਾਦ ਨਹੀਂ ਆ ਰਿਹਾ ਕਿ ਸਰਕਾਰੀ ਪ੍ਰਾਪਰਟੀ ਦੇ ਉਹਨਾਂ ਦੇ ਝੰਡੇ ਵੋਟ ਲੱਗੇ ਆ, ਉਹ ਨਹੀਂ ਤਾਰੇ ਜਾ ਰਹੇ, ਸਿਰਫ ਬੀਜੇਪੀ ਦੇ ਤਾਰੇ ਜਾ ਰਹੇ ਆ। ਇਹਨਾਂ ਨੂੰ ਪਤਾ ਸਾਡੀ ਹਾਰ ਨਿਸ਼ਚਿਤ ਹੈ, ਬੁਲਾਹਟ ਹੈ, ਇਸ ਕਰਕੇ ਇਹ ਜਿਹੜਾ ਕੰਮ ਹੈ ਜਿਹੜਾ ਕਾਰਪੋਰੇਸ਼ਨ ਨੇ ਕੀਤਾ ਹੈ, ਇਹਨੂੰ ਮੇਰੇ ਲੋਕ ਬਰਦਾਸ਼ਤ ਨਹੀਂ ਕਰਨਗੇ। ਕਹਿ ਕੇ ਰਹੇ ਹੁਣੇ, ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਤੁਸੀਂ ਕੀ ਬੋਲ ਕੇ ਕੀ ਗਏ ਤੁਹਾਨੂੰ? ਇਹ ਕਹਿ ਰਹੇ ਜੀ ਅਸੀਂ ਦੇਖਦੇ ਹਾਂ ਜੀ, ਕਾਰਵਾਈ ਕਰਾਂਗੇ, ਇਹਨਾਂ ਲੋਕਾਂ ਨੇ ਕੀਤਾ ਹੈ, ਇਹਨਾਂ ਦੀ ਹਾਰ ਬੁਲਾਹਟ ਹੈ, ਹਾਰ। ਅਗਰ ਇਹਨਾਂ ਦੇ ਲੋਕਾਂ ਨੂੰ ਇਹਨਾਂ ਨੂੰ ਵੋਟਾਂ ਮਿਲਦੀਆਂ ਹੁੰਦੀਆਂ ਤਾਂ 90 ਲੋਕ ਬਾਰੂ ਨਾ ਬੁਲਾਉਂਦੇ, ਅੱਜ 90 ਲੋਕ ਬੁਲਾ ਕੇ ਮੇਰੇ ਲੋਕਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਕਹਿ ਦਿੱਤਾ ਕਿ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੈ, ਵਾਰਡ ਵੰਡ ਦਿੱਤੇ ਗਏ, ਜਿੰਨੇ ਮੰਤਰੀ ਸੀ ਉਹਨਾਂ ਨੇ ਕਹਿਤਾ ਕਿ ਵਾਰਡ ਦੇਖਣਾ। ਜੇ ਸੀਐਮ ਨੇ ਕੰਮ ਕੀਤਾ, ਵਾਰਡ ਵੰਡਣ ਦੀ ਲੋੜ ਹੀ ਨਹੀਂ, ਜੇ ਸੀਐਮ ਨੇ 26 ਮਹੀਨੇ ਕੰਮ ਕੀਤਾ, ਲੋਕਾਂ ਨੇ ਆਪੇ ਵੋਟਾਂ ਪਾ ਦੇਣੀ ਹੈ। ਇਹਨਾਂ ਨੇ 26 ਮਹੀਨੇ ਲੋਕਾਂ ਨੂੰ ਝੂਠ ਬੋਲਿਆ, ਲੋਕਾਂ ਨਾਲ ਝੂਠ ਬੋਲ ਕੇ ਲੋਕਾਂ ਨੂੰ ਧਮਕਾਇਆ, ਸਿਰਫ ਤੁਸੀਂ ਝੂਠ ਦਾ ਬੁਲਬਲਾ ਕੀਤਾ, ਇਸ ਕਰਕੇ ਅਸੀਂ ਲੋਕ ਛੱਡ ਕੇ ਜਾਣ ਨੂੰ ਆਏ ਹਾਂ। ਪਰ ਮੈਂ ਆਪਣੇ ਕਾਰਜਕਰਤਾ ਨੂੰ ਸਿਰ ਇਹੀ ਕਹਾਂਗਾ, ਇੱਕ ਜੁੱਟ ਹੋ ਕੇ ਇਲੈਕਸ਼ਨ ਲੜਾਂਗੇ। ਬੋਰਡ ਤੋਂ ਲੰਘੇ ਜਾ ਰਹੇ ਆ, ਉਹਨਾਂ ਨੂੰ ਨਜਾਇਜ਼ ਬੋਰਡ ਨਹੀਂ ਦਿਖਾਈ ਦੇ ਰਹੇ, ਕਿਉਂਕਿ ਭਗਵੰਤ ਮਾਨ ਦੀ ਗੁਲਾਮੀ ਕਰ ਰਹੇ ਆ। ਅੱਜ ਡਰ ਹੈ ਸਾਡੀ ਕੁਰਸੀ ਨਾ ਬਦਲ ਜਾਵੇ, ਜਿਹੜੀ ਸੀਟ ਹੈ ਇਹ ਭਾਰਤੀ ਜਨਤਾ ਪਾਰਟੀ ਝੋਲੀ 'ਚ ਪੈ ਰਹੀ ਹੈ। ਅੱਜ ਓਏ ਓਏ ਆਮ ਆਦਮੀ ਪਾਰਟੀ, ਅੱਜ ਕਾਰਜਕਰਤਾ ਬੂਥਾਂ ਤੇ ਨਹੀਂ ਮਿਲ ਰਹੇ, ਪੂਰੇ ਪੰਜਾਬ ਦੇ ਵਿੱਚੋਂ 90 ਹੀਰੇ ਜਿਹੜੇ ਆਪਣੇ ਬਦਮਾਸ਼ ਨਾਲ ਲੈ ਕੇ ਆਏ ਆ, ਕੋਈ ਲੋਕਾਂ ਨੂੰ ਡਰਾ ਰਿਹਾ, ਕੋਈ ਧਮਕਾ ਰਿਹਾ, ਕੋਈ ਪਰਚੇ ਦੀ ਧਮਕੀ ਦੇ ਰਿਹਾ। ਅੱਜ ਜੇ ਇਹਨਾਂ ਲੋਕਾਂ ਨੇ ਕੰਮ ਕੀਤੇ ਹੁੰਦੇ, ਇਹਨਾਂ ਨੂੰ ਬਾਹਰ ਤੋਂ ਲੋਕ ਬੁਲਾਉਣ ਦੀ ਜ਼ਰੂਰਤ ਨਾ ਪੈਂਦੀ। ਮੁੱਖ ਮੰਤਰੀ ਕਹਿੰਦੇ ਲੱਭਿਆ ਨਹੀਂ ਸਾਨੂੰ, ਸਾਹਮਣੇ ਕਾਰਪੋਰੇਸ਼ਨ 20 ਫੁੱਟ ਦੂਰ, 20 ਫੁੱਟਾਂ ਬਾਅਦ ਨਜਾਇਜ਼ ਵੋਟ ਲੱਗੇ ਆ, ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ, ਉਹ ਸੁੱਤੇ ਪਏ ਆ, ਉਹ ਕੰਮ ਨਹੀਂ ਸੁੱਤੇ ਪਏ ਆ। ਮੇਰੇ ਲੋਕ ਜਗਾਣਗੇ, ਮੈਂ ਆਪਣੇ ਲੋਕਾਂ ਅੱਗੇ ਅਪੀਲ ਕਰਨਾ ਚਾਹ ਰਿਹਾ ਕਿ ਸੱਚ ਔਰ ਜਿਹੜੀ ਝੂਠ ਦੀ ਲੜਾਈ ਹੈ, ਇੱਥੇ ਫੈਸਲਾ ਤੁਸੀਂ ਕਰਨਾ ਹੈ। ਮੇਰੇ ਵੋਟ ਪਾੜ ਦਿਓ, ਚੰਡੇ ਪਾੜ ਦਿਓ, ਪਰ ਮੇਰੇ ਲੋਕਾਂ ਦੇ ਦਿਲਾਂ ਦੇ ਵਿੱਚ ਕਿੱਦਾਂ ਮੈਨੂੰ ਕੱਢੋਗੇ? ਮੈਨੂੰ ਲੋਕਾਂ ਦੇ ਦਿਲਾਂ 'ਚੋਂ ਕਿੱਦਾਂ ਕੱਢੂ ਭਗਵੰਤ ਮਾਨ? ਝੂਠ ਬੋਲ ਕੇ ਜਿਹਨੇ ਰਾਜ ਕੀਤਾ 26 ਮਹੀਨੇ, ਮੇਰੇ ਲੋਕ ਮੈਨੂੰ ਦਿਲ 'ਚ ਰੱਖਦੇ ਆ, ਮੈਂ ਲੋਕਾਂ ਦੇ ਚਰਨਾਂ 'ਚ ਪ੍ਰਣਾਮ ਕਰਦਾ। ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਮੈਨੂੰ ਪਾ ਕੇ ਜਵਾਬ ਦਿਓ। ਉਹ 10 ਤਰੀਕ ਭਗਵੰਤ ਮਾਨ ਦੀ ਜਿਹੜੀ ਕੁਰਸੀ ਹੈ, ਇੱਕ ਇੱਕ ਪਰਮਿਸ਼ਨ ਆ ਲੈ ਮੇਰੇ ਕੋਲ, ਦੇਖੋ ਮੈਂ ਪਰਮਿਸ਼ਨ ਦਿਖਾ ਰਿਹਾ। ਕਿੰਨੇ ਵੋਟਾਂ ਦੀ ਪਰਮਿਸ਼ਨ ਤੁਹਾਡੇ ਕੋਲ ਜੀ? ਮੇਰੇ ਕੋਲ 600 ਵੋਟ ਹੋਲਡਿੰਗ ਦੀ ਪਰਮਿਸ਼ਨ ਆ, ਹੈਲੋ ਹੋਲਡਿੰਗ ਪਰਮਿਸ਼ਨ ਨਾਲ ਲੱਗੀ ਆ। ਸੋ ਮੋਕੇ ਦੇ ਜਿਹੜੇ ਸੀਨੀਅਰ ਆਗੂ ਭਾਜਪਾ ਤੋਂ ਇਕੱਠ ਕਰਦੇ ਕੋਈ ਨਹੀਂ, ਇਹ ਲੋਕ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ।